वाहिगुरु जी का खालसा, वाहिगुरु जी की फतेह। आप सुन रहे हो रेडियो सिंगनाथ, ते ब्रेक तो बाद आप जी की सेवा में फिर हाजिर हाँ। ते नाल दी नाल असीं ट्राई कर रहे हैं सरदार मनजीत सिंह जी के, जिहड़े दिल्ली सिख गुरद्वारा प्रबंधक कमेटी के प्रेजीडेंट, श्रोमणी अकाली दल बादल दिल्ली यूनिट के जिहड़े प्रेजीडेंट आ, ਉਹਨਾਂ ਦੇ ਫੋਨ ਤੇ ਤੇ ਇਹ ਆਪਣੀ ਬੈਲ ਜੋ ਜਾ ਰਹੀ ਹੈ ਇਹ ਮਨਜੀਤ ਸਿੰਘ ਜੀ ਕੇ ਉਹਨਾਂ ਦੇ ਫੋਨ ਤੇ। ਆ ਗੱਲ ਤੇ ਵਧੀਆ। ਹੈਲੋ ਹੈਲੋ ਹਾਂਜੀ ਸਰਦਾਰ ਮਨਜੀਤ ਸਿੰਘ ਜੀ ਕੇ ਸਰ ਨਾਲ ਇਹ ਨੰਬਰ ਜੀ ਹੁਕਮ ਕਰੋ ਕੌਣ ਸਾਹਿਬ ਬੋਲ ਰਹੇ ਜੀ। ਹਾਂਜੀ ਰੇਡੀਓ ਸਿੰਘਨਾਥ ਦੇ ਅਦਾਰੇ ਵੱਲੋਂ ਬੋਲਦੇ ਆ ਇੰਗਲੈਂਡ ਤੋਂ, ਤੁਸੀਂ ਮਨਜੀਤ ਸਿੰਘ ਜੀ ਕੇ ਦੇ ਨਾਲ ਗੱਲ ਕਰਾ ਸਕਦੇ ਹੋ? ਸਾਨੂੰ ਇਹ ਨੰਬਰ ਤੇ ਅਸੀਂ ਟਰਾਈ ਕੀਤਾ 9821209013। जी सानू ओदा नंबर मैं दोबारा तुहानू बोल देना, जिहड़ा मनजीत सिंह जी के इहनां दा नंबर सानू मिलिया आ। हैलो ओ हैगा 9821209013, ये हैगा मनजीत सिंह जी के इहनां दा नंबर। प्लीज एंटर द फोन नंबर यू विश टू रीच। हाँ जी ये हुण फोन कट गया आ, कहिंदे मनजीत सिंह जी के इहनां दा नंबर नहीं हैगा। जीके रन का नंबर ही है जी, मैं थोड़ा नंबर नोट कर लिया, जीके रन का ही नंबर है। ए ओदा जेड़ा पी है ना टुंडा, हाँ जी वो बोलता है, मैं ओदी आवाज सुन ली है। इन्हें थोड़ी कोई गल नहीं करानी, सिंह ना रेडियो ना सुन दिया सारी, उन्होंने थोड़ा कुकी ना पत्ती है। कोई नहीं, एक धर्म प्रचार कमेटी वाला जेड़ा परमजीत सिंह राणा है ना, ਇਹ ਹੁਣ ਉਹਨੂੰ ਅਸੀਂ ਟਰਾਈ ਕਰਨ ਲੱਗੇ ਆ, ਜੇ ਉਹ ਹੁਣ ਲੈਂਦੇ ਆ ਤੇ ਕਾਲ ਸਾਡੀ ਜਿਹੜੀ ਰਿਸੀਵ ਕਰਦੇ ਆ ਤੇ ਉਹਨਾਂ ਨੂੰ ਸੰਗਤਾਂ ਦੇ ਰੂਬਰੂ ਜ਼ਰੂਰ ਕਰਦੇ ਆ। ਲਿਆਓ 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 ਲਿਆਓ, ਇਹਨਾਂ ਜਿੰਨੇ ਮਹਾਰਥੀ ਹੈਗੇ ਨੇ ਭਲਵਾਨ ਸਾਰੇ ਲਿਆਓ। ਠੀਕ ਹੈ ਠੀਕ ਹੈ, ਲਾਈਵ ਲੱਗ ਰਿਹਾ ਤੁਹਾਡੇ ਸਾਹਮਣੇ, ਇਹ ਲਾਈਵ ਜਿਹੜਾ ਆ ਅਸੀਂ ਉਹਨਾਂ ਨੂੰ ਟਰਾਈ ਕਰ ਰਹੇ ਆ। ਤੇ ਅੱਜ ਜਿਹੜਾ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾ ਰਿਹਾ ਇਹ ਕੀਤਾ ਜਾ ਰਿਹਾ ਜਿਹੜਾ ਚੋਣ ਅਖਾੜਾ ਦਿੱਲੀ ਗੁਰਦੁਆਰਾ ਪ੍ਰਬੰਧ ਦੇ ਮੁਤਾਬਕ ਉੱਥੇ ਜਿਹੜੀ ਚੋਣਾਂ ਹੋਣ ਜਾ ਰਹੀਆਂ ਨੇ 26 ਫਰਵਰੀ ਨੂੰ, ਉਸ ਸੰਬੰਧ ਦੇ ਵਿੱਚ ਅੱਜ ਪ੍ਰੋਗਰਾਮ ਕੀਤਾ ਜਾ ਰਿਹਾ। ਤੇ ਸਾਡੇ ਨਾਲ ਲਾਈਨ ਤੇ ਜੁੜੇ ਨੇ ਸਰਦਾਰ ਚਰਨਜੀਤ ਸਿੰਘ ਸਿੱਖ ਵਿਦਵਾਨ। ਆਹ ਜਿਹੜੀ ਕੌਲ ਆ ਇਹ ਪਰਮਜੀਤ ਸਿੰਘ ਰਾਣਾ ਨੂੰ ਲਾ ਰਹੇ ਹਾਂ ਅਸੀਂ। ਮਨਜੀਤ ਸਿੰਘ ਜੀ ਕੇ ਉਹਨਾਂ ਦੇ ਜਿਹੜਾ ਪੀਏ ਸੀਗਾ ਉਹ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਰੈਕਗਨਾਈਜ਼ ਕੀਤਾ ਹੈ, ਕਹਿੰਦੇ ਉਹਦਾ ਉਹਨਾਂ ਦੇ ਪੀਏ ਦਾ ਆ। ਹੈਲੋ ਹੈਲੋ ਹਾਂਜੀ ਪਰਮਜੀਤ ਸਿੰਘ ਜੀ ਰਾਣਾ। ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਤੁਸੀਂ ਇਸ ਸਮੇਂ ਰੇਡੀਓ ਸਿੰਘਨਾਥ ਤੇ ਲਾਈਵ ਹੋ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਅੱਜ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਜਿਹੜਾ ਚੋਣ ਆ ਹੋਣ ਜਾ ਰਹੀ ਹੈ ਉਹਦੇ ਸੰਬੰਧ ਦੇ ਵਿੱਚ, ਤੇ ਸਾਡੇ ਕੁਝ ਸਵਾਲ ਨੇ ਤੁਹਾਨੂੰ ਜਿਹੜੇ ਬਾਹਰ ਦੀ ਸੰਗਤਾਂ ਦੇ, ਤੇ ਮੈਨੂੰ ਆਸ ਆ ਕਿ ਤੁਸੀਂ, ਅਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀਗਾ ਚਾਰੇ ਪਾਰਟੀਆਂ ਨੂੰ, ਜਿਹਦੇ ਵਿੱਚ ਸਰਦਾਰ ਪਰਮਜੀਤ ਸਿੰਘ ਜੀ ਸ਼ਰਨਾ, ਤੁਹਾਡਾ ਗਰੁੱਪ ਜਿਹੜਾ ਹੈ ਮਨਜੀਤ ਸਿੰਘ ਜੀ ਕੇ ਜਾਂ ਬਾਦਲ ਗਰੁੱਪ, ਤੇ ਨਾਲ ਦੀ ਨਾਲ ਰਣਜੀਤ ਸਿੰਘ ਜੀ ਹੋਰਾਂ ਨੂੰ ਵੀ ਖੁੱਲ੍ਹਾ ਸੱਦਾ ਸੀਗਾ, ਤੇ ਬਲਦੇਵ ਸਿੰਘ ਵਡਾਲਾ ਜਿਹੜਾ ਸਦਭਾਵਨਾ ਧਾਲਿਆ। ਸੋ ਵੀਰ ਜੀ ਮੈਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਸਵਾਲ ਪੁੱਛਣਾ ਚਾਹੁੰਦਾ ਹਾਂ ਵੀ ਜਿਹੜਾ ਤੁਹਾਡੇ ਪ੍ਰਧਾਨ ਹੈਗੇ ਆ ਮਨਜੀਤ ਸਿੰਘ ਜੀ ਜੀ ਕੇ, ਉਹਨਾਂ ਨੇ ਆਪਣੀ ਬਾਇਓਗ੍ਰਾਫੀ ਦੇ ਵਿੱਚ ਵੀ ਅਤੇ ਆਪਣੇ ਫੇਸਬੁੱਕ ਪੇਜ 'ਤੇ ਵੀ ਲਿਖਿਆ ਵੀ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਯੂਨਿਟ ਦੇ ਜਿਹੜੇ ਪ੍ਰੈਜ਼ੀਡੈਂਟ ਆ, ਅਤੇ ਦੂਜੇ ਪਾਸੇ ਅੱਜ ਤੁਸੀਂ ਜਿਹੜਾ ਆ ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਤੁਹਾਡਾ ਇੱਕ ਅਵਤਾਰ ਸਿੰਘ ਹਿੱਤ ਨਾਂ ਦਾ ਬੰਦਾ ਇਹ ਕਹਿ ਰਿਹਾ ਆ ਵੀ ਸਾਡਾ ਸੌਦੇ ਸਾਧ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਉਹ ਕੰਜਰ ਆ, ਉਹ ਰੇਪਿਸਟ ਆ, ਇੱਦਾਂ ਦੇ ਸ਼ਬਦ ਵਰਤੇ ਜਾ ਰਹੇ ਨੇ। ਪਰ ਤੁਹਾਡਾ ਇੱਕ ਮੌਜੂਦਾ ਮੇਨ ਮੈਂਬਰ ਮਨਜਿੰਦਰ ਸਿੰਘ ਸਿਰਸਾ, ਜਿਹੜੇ ਸਿਰਸੇ ਵਾਲੇ ਦੇ ਪੇਂਡੂ ਆ, ਉਹ ਉੱਥੇ ਗਿਆ ਆ ਵੋਟਾਂ ਮੰਗਣ ਥੋੜ੍ਹਾ ਚਿਰ ਪਹਿਲਾਂ, ਇਹਦੇ ਬਾਰੇ ਉਹਦਾ ਬਾਈਕਾਟ ਪਹਿਲਾਂ ਕਿਉਂ ਨਹੀਂ ਕੀਤਾ ਕਰਦੇ ਪਏ ਤੁਸੀਂ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਸਿਰਸੇ ਵਾਲੇ ਦਾ ਤੁਸੀਂ ਆਮ ਸੋਸ਼ਲ ਮੀਡੀਆ ਤੇ ਹੀ ਸਾਡਾ ਪੜਿਆ ਹੈਗਾ ਜਾਂ ਦੇਖਿਆ ਵੀ ਟੀਵੀ ਤੇ ਖੁੱਲ ਕੇ ਬਾਅਦ ਦਿੱਤਾ ਵੀ ਅਸੀਂ ਉਹਦਾ ਬਾਈਕਾਟ ਕਰਦੇ ਹਾਂ, ਨਾਲੇ ਉਹ ਪਖੰਡੀ ਸਾਹ ਦੇ। ਨਹੀਂ ਮਨਜਿੰਦਰ ਸਿੰਘ ਸਿਰਸੇ ਦਾ ਕਿਉਂ ਨਹੀਂ ਕਰਦੇ? ਕਿਉਂਕਿ ਮਨਜਿੰਦਰ ਸਿੰਘ ਸਿਰਸਾ ਤੇ ਆਪ ਤੁਹਾਡਾ ਜਿਹੜਾ ਮੇਨ ਬੰਦਾ ਆ ਦਿੱਲੀ ਕਮੇਟੀ ਦਾ, ਜਿਹੜਾ ਪਰਮਜੀਤ ਸਿੰਘ ਸ਼ਰਨੇ ਦੇ ਖਿਲਾਫ ਲੜ ਲਿਆ ਆ, ਉਹ ਆਪ ਉਹਦੀ ਉੱਥੇ ਝੋਲੀ 'ਚ ਜਾ ਕੇ ਪਿਆ ਆ, ਉਹਦੇ ਬਾਰੇ ਤੁਹਾਡਾ ਕੀ ਖਿਆਲ ਆ? ਦੇਖੋ ਅਸੀਂ ਨਾ ਪਾਰਟੀ ਲੈਵਲ ਤੇ ਜਿਹੜੀ ਗੱਲਾਂ ਹੁੰਦੇ ਨਾ ਪਾਰਟੀ ਦੇ ਹੈੱਡ ਜਿਹੜਾ ਹਾਈਕਮਾਂ ਜਿਹੜੀ ਉਹ ਡਿਸਾਈਡ ਕਰਦੇ। ਦੇਖੋ ਅਸੀਂ ਨਾ ਪਾਰਟੀ ਲੈਵਲ ਤੇ ਜਿਹੜੀ ਗੱਲਾਂ ਹੁੰਦੇ ਨਾ ਪਾਰਟੀ ਦੇ ਹੈੱਡ ਜਿਹੜਾ ਹਾਈਕਮਾਂ ਜਿਹੜੀ ਉਹ ਡਿਸਾਈਡ ਕਰਦੇ।
ਦੇਖੋ ਅਸੀਂ ਨਾ ਪਾਰਟੀ ਲੈਵਲ ਤੇ ਜਿਹੜੀ ਗੱਲਾਂ ਹੁੰਦੀਆਂ ਨਾ ਪਾਰਟੀ ਦੇ ਹੈਡ ਜਿਹੜਾ ਹਾਈ ਕਮਾਂਡ ਜਿਹੜੀ ਉਹ ਡਿਸਾਈਡ ਕਰਦੀ। ਇੱਕ ਮਿੰਟ ਰਾਣਾ ਸਾਹਿਬ, ਰਾਣਾ ਸਾਹਿਬ ਤੁਹਾਡੀ ਗੱਲ ਠੀਕ ਆ, ਤੁਹਾਡੀ ਮਸਲਾ ਹੈਗਾ ਨਾ ਵੀ ਇਹ ਕੋਈ ਕਲੱਬ ਤੇ ਹੈ ਨਹੀਂ, ਇਹ ਇੱਕ ਧਾਰਮਿਕ ਪਾਰਟੀ ਹੈ ਤੇ ਤੁਸੀਂ ਧਰਮ ਦੀ ਦੁਨੀਆ 'ਚ ਜਦੋਂ ਵਿਚਰਦੇ ਜੇ ਤੇ ਸੰਗਤ ਨੇ ਤੁਹਾਨੂੰ ਸਵਾਲ ਪੁੱਛਣੇ ਨੇ, ਤੁਸੀਂ ਜਵਾਬ ਦੇ ਆ। ਪਾਰਟੀ ਲੈਵਲ ਦਾ ਤੇ ਸਵਾਲ ਹੀ ਨਹੀਂ ਹੈ ਵੀ ਇਹ ਤੁਹਾਡਾ, ਜਾਂ ਤੇ ਉਹਨਾਂ ਦਾ ਕੋਈ ਘਰੇਲੂ ਮਸਲਾ ਹੁੰਦਾ ਤੇ ਇਹ ਗੱਲ ਤੁਸੀਂ ਕਹਿ ਸਕਦੇ ਸੀ ਵੀ ਅਸੀਂ ਏਅਰ ਤੇ ਨਹੀਂ ਪੁੱਛ ਸਕਦੇ ਤੁਹਾਨੂੰ। ਉਹ ਗਏ ਨੇ ਸਰਸੇ ਦੇ ਡੇਰੇ ਤੇ, ਤੁਹਾਡਾ ਇੱਕ ਮੈਂਬਰ ਕਹਿੰਦਾ ਵਾ, ਇੱਕ ਮੈਂਬਰ ਅੱਜ ਲੋਕਾਂ ਦੇ ਸਾਹਮਣੇ ਚੰਗਾ ਬਣਨ ਵਾਸਤੇ ਸਰਸੇ ਵਾਲੇ ਨੂੰ ਗਾਲਾਂ ਕੱਢਣ ਦਿਆ ਏ, ਇੱਕ ਤੁਹਾਡਾ ਉੱਥੇ ਬੈਠਾ ਹੈ ਜਿਹੜਾ ਜਿਹਨੂੰ ਤੁਸੀਂ ਟਿਕਟ ਦੇ ਕੇ ਚੋਣ ਲੜਾ ਰਹੇ ਜੇ, ਤੇ ਇਹ ਦੋਹਰੀ ਨੀਤੀ ਕਿਉਂ? ਹਾਂਜੀ ਪਰਮਜੀਤ ਸਿੰਘ ਰਾਣਾ ਜੀ, ਤੁਸੀਂ ਸੁਣ ਰਹੇ ਹੋ ਸਵਾਲ, ਇਸ ਸਮੇਂ ਤੁਸੀਂ ਯੂਕੇ ਦੀਆਂ ਸੰਗਤਾਂ ਦੇ ਰੂਬਰੂ। ਅੱਛਾ ਇਹ ਰਾਣਾ ਸਾਹਿਬ ਹੋਰ ਵੀ ਆਪਣਾ, ਚਲੋ ਇਹਦਾ ਤੁਹਾਡਾ ਕੋਈ ਜਵਾਬ ਨਹੀਂ ਆਇਆ, ਇਹ ਤੁਸੀਂ ਗੱਲ ਅਸਲ ਦੇ ਵਿੱਚ ਗੋਲਮੋਲ ਕਰ ਦਿੱਤੀ ਹੈ ਵੀ ਪਾਰਟੀ ਦਾ ਸਵਾਲ ਹੈ ਅਤੇ ਪਾਰਟੀ ਲੈਵਲ 'ਤੇ ਅਸੀਂ ਨਜਿੱਠਦੇ ਹਾਂ ਕਿਉਂਕਿ ਪਾਰਟੀ ਨਾਲ ਕੋਈ ਸੰਬੰਧ ਨਹੀਂ। ਇਸ ਵੇਲੇ ਧਾਰਮਿਕ ਦੁਨੀਆ ਦੇ ਵਿੱਚ ਧਰਮ ਪ੍ਰਚਾਰ ਕਮੇਟੀ ਦੀ ਮਨਜਿੰਦਰ ਸਿੰਘ ਸਰਸਾ ਚੋਣ ਲੜ ਰਿਹਾ ਹੈ, ਇਹ ਇੱਕ ਨਿੱਜੀ ਸਵਾਲ ਨਹੀਂ ਹੈ, ਇਹ ਪੰਥਕ ਵਿਹੜੇ ਦੇ ਵਿੱਚ ਸਵਾਲ ਉਛਾਲਿਆ ਜਾਣਾ ਹੈ ਜਿਹਦਾ ਤੁਹਾਨੂੰ ਤੁਸੀਂ ਜਵਾਬ ਦੇ ਜੇ, ਪਰ ਤੁਸੀਂ ਇਸ ਸਵਾਲ ਨੂੰ ਵਲੇਟਣਾ ਚਾਹੁੰਦੇ ਜੇ, ਚਲੋ ਤੁਹਾਡੀ ਮਰਜ਼ੀ, ਅਸੀਂ ਤੁਹਾਨੂੰ ਫੋਰਸ ਨਹੀਂ ਕਰਦੇ ਜਵਾਬ ਦੇਣ ਵਾਸਤੇ। ਇਸ ਤੋਂ ਅੱਗੇ ਆਪਾਂ ਵਧੀਏ ਵੀ ਤੁਸੀਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜੇ। ਹੈਲੋ, ਹਾਂਜੀ। ਤੇ ਤੁਸੀਂ ਜਿਹੜੀ ਇੱਕ ਇੰਸਟੀਟਿਊਸ਼ਨਲ ਡਾਕੂਮੈਂਟ ਤਿਆਰ ਕੀਤਾ ਗਿਆ ਸੀ 1945 ਦੇ ਵਿੱਚ, ਉਹ ਪੜ੍ਹਿਆ ਸਾਰਾ? ਹਾਂਜੀ ਰਾਣਾ ਜੀ, ਤੁਸੀਂ ਰੋਟੀ ਖਰਾਬ ਦੀ ਗੱਲ ਕਰਨ ਦਾ ਜੇ, ਸਾਡੀ ਕੌਮ ਖਰਾਬ ਹੋ ਗਈ ਆ ਤੁਹਾਡੀਆਂ ਜੋ ਤੁਸੀਂ ਅੱਜ ਤੱਕ ਦੀਆਂ ਕਾਰਗੁਜ਼ਾਰੀਆਂ ਕੀਤੀਆਂ ਨੇ, ਤੁਸੀਂ ਕਹਿੰਦੇ ਰੋਟੀ ਤੁਹਾਡੀ ਖਰਾਬ ਹੋ ਗਈ, ਇਹ ਕੈਸੀਆਂ ਗੈਰ ਜ਼ਿੰਮੇਵਾਰ ਵਰਾਨਾ ਜਿਹੜੀਆਂ ਤੁਹਾਡੀਆਂ ਸਟੇਟਮੈਂਟ ਨੇ, ਤੁਸੀਂ ਆਹ ਵੇਖ ਲਓ ਜੀ, ਤੁਹਾਡਾ ਰਾਣਾ ਸਾਹਿਬ ਭੱਜ ਗਏ ਨੇ, ਸ਼ਰੇਆਮ ਲਾਈਵ ਕਾਲ ਛੱਡ ਕੇ ਭੱਜੇ ਨੇ, ਹੁਣ ਦੱਸੋ ਵੀ ਇਹਨਾਂ ਪ੍ਰਬੰਧਕਾਂ ਦਾ ਕੀ ਕਰਨਾ ਜੇ ਤੁਸੀਂ ਜਿਹੜੇ ਤੁਹਾਡੇ ਕੋਲ ਵੋਟਾਂ ਮੰਗਣ ਜੇ ਕਹੋ ਤਾਂ ਦੁਬਾਰਾ ਫਿਰ ਇੱਕ ਵਾਰ ਟਰਾਈ ਕਰ ਲੈਂਦੇ, ਪਰ ਸਾਨੂੰ ਆਸ ਹੈ ਵੀ ਇਹਨਾਂ ਨੇ ਹੁਣ ਫੋਨ ਚੱਕਣਾ ਨਹੀਂ। ਇੱਕ ਵਾਰੀ ਦੁਬਾਰਾ ਟਰਾਈ ਕਰੋ, ਇੱਕ ਵਾਰੀ ਦੁਬਾਰਾ ਟਰਾਈ ਕਰੋ, ਤੇ ਨਾਲ ਦੀ ਨਾਲ ਅਸੀਂ ਸੰਗਤਾਂ ਨੂੰ ਇਹ ਵੀ ਦੱਸ ਦਈਏ ਵੀ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਇਹ ਪੂਰਨ ਤੌਰ 'ਤੇ ਇਹਨੂੰ ਜਿਹੜਾ ਆ ਪਹਿਲਾਂ ਪ੍ਰੈਸ ਰਿਲੀਜ਼ ਕੀਤੀ ਗਈ ਹੈ, ਸਾਰੇ ਪਾਸੇ ਖਬਰ ਲੱਗੀ ਆ ਵੀ ਅਸੀਂ ਖੁੱਲ੍ਹਾ ਸੱਦਾ ਦੇਣਾ ਆ, ਸਾਰਿਆਂ ਦੇ ਨਾਲ ਗੱਲਬਾਤ ਕਰਨੀ ਆ, ਇਹਦੇ ਵਿੱਚ ਪਰਮਜੀਤ ਸਿੰਘ ਸ਼ਰਮਾ ਵੀ ਆਉਣਾ ਆ, ਇਹਦੇ ਵਿੱਚ ਆਪਣਾ ਮਨਜੀਤ ਸਿੰਘ ਜੀਕੇ ਅਤੇ ਰਾਣਾ ਐਰਾਂ ਦਾ ਵੀ ਖੁੱਲ੍ਹਾ ਸਵਾਗਤ ਹੈ ਅਤੇ ਉਹਨਾਂ ਦੇ ਨਾਲ ਵੀ ਗੱਲ ਕਰਨੀ ਆ। ਕੌਮ ਦੇ ਕੋਈ ਸਵਾਲ ਨੇ, ਸੰਗਤ ਦੇ ਕੋਈ ਵਲਵਲੇ ਨੇ ਅਤੇ ਸੰਗਤ ਨੇ ਇਹਨਾਂ ਨੂੰ ਪੁੱਛਣੇ ਆ, ਅਤੇ ਜੇ ਇਹ ਇਸ ਤਰ੍ਹਾਂ ਭੱਜਣਗੇ ਅਤੇ ਇਹਨਾਂ ਨੂੰ ਵੀ ਪਤਾ ਵੀ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਨਹੀਂ ਹੁੰਦੇ ਆ, ਜੇ ਸਿੱਧੀ ਭਾਸ਼ਾ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਆਹ ਦੁਬਾਰਾ ਫਿਰ ਉਹਨੂੰ ਕੌਲ ਲੱਗ ਗਈ ਆ ਅਤੇ ਆਪਾਂ ਜਿਹੜਾ ਆ ਸਾਹਮਣੇ ਇੰਟਰਨੈਸ਼ਨਲ ਕੌਲ ਜਿਹੜੀ ਪ੍ਰੋਸੈਸ ਦੇ ਵਿੱਚ ਆ ਅਤੇ ਆਹ ਬੈਲ ਗਈ ਜੇ, ਹੁਣ ਵੇਖੋ ਰਾਣਾ ਸਾਹਿਬ। ਹੈਲੋ 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 ਹੈਲੋ, ਆਪਣਾ ਸਰਦਾਰ ਪਰਮਜੀਤ ਸਿੰਘ ਰਾਣਾ ਬੋਲਦੇ ਨੇ, ਮੈਂ ਕੌਣ ਬੋਲ ਰਿਹਾ? ਰੇਡੀਓ ਸਿੰਘ ਨਾਥ ਦੇ ਅਧਾਰੇ ਵੱਲੋਂ ਵੀਰ ਜੀ ਤੁਹਾਨੂੰ ਬੋਲ ਰਹੇ ਹਾਂ, ਤੋਂ ਬੋਲ ਰਹੇ ਹਾਂ ਜੀ ਅਸੀਂ। ਪਲੀਜ਼ ਐਂਟਰ ਦ ਫੋਨ ਨੰਬਰ ਯੂ ਵਿਸ਼ ਟੂ ਰੀਚ। ਹਾਂਜੀ, ਉਹ ਫੇਰ ਆਪਣਾ ਚੱਲ ਗਏ ਆ, ਉਹਨਾਂ ਨੂੰ ਵਾਹ ਲੋ ਵੀ ਹੁਣ ਤੁਹਾਡੇ ਸਾਹਮਣੇ ਆ, ਇਹ ਅਸੀਂ ਇਹ ਨਾ ਕਹਿਣ ਕੱਲ੍ਹ ਨੂੰ ਵੀ ਸ਼ਾਇਦ ਇੱਕੇ ਬੰਨੇ ਇਹਨਾਂ ਨੇ ਫੋਨ ਲਾ ਕੇ ਅਤੇ ਗੱਲਾਂ ਕਰ ਲਈਆਂ ਨੇ, ਤੁਹਾਡੇ ਸਾਹਮਣੇ ਫੋਨ ਕੱਟ ਕੇ ਵਾਰ ਵਾਰ ਭੱਜ ਰਹੇ ਨੇ, ਅਸੀਂ ਸਵਾਲ ਕੇਵਲ ਇੱਕ ਹੀ ਪੁੱਛਿਆ ਜੇ, ਅਜੇ ਦੂਜਾ ਸਵਾਲ ਸ਼ੁਰੂ ਵੀ ਨਹੀਂ ਹੋਇਆ ਅਤੇ ਉਹ ਕੱਟ ਕੇ ਭੱਜ ਗਏ ਨੇ, ਕਹਿੰਦੇ ਰੋਟੀ ਖਰਾਬ ਨਾ ਕਰੋ, ਹੈਰਾਨ ਆ ਅਸੀਂ, ਸਾਨੂੰ ਹੈਰਾਨੀ ਇਸ ਗੱਲ ਦੀ ਹੈ ਵੀ ਇਹਨਾਂ ਦੀ ਰੋਟੀ ਖਰਾਬ ਹੋ ਰਹੀ ਹੈ ਇੱਥੇ, ਜਿਹੜਾ ਜਿੰਨੇ ਇਹਨਾਂ ਨੇ ਕੌਮੀ ਤਾਣਾ ਬਾਣਾ ਵਾ ਉਹਨੂੰ ਉਲਝਾ ਕੇ ਰੱਖ ਦਿੱਤਾ ਹੈ, ਪਰ ਇਹਨਾਂ ਦੀ ਅਜੇ ਤੱਕ ਇਹ ਸਿਰਫ ਰੋਟੀ ਦੇ ਉੱਤੇ ਹੀ ਅਜੇ, ਜਾਂ ਇਹਨਾਂ ਨੂੰ ਰੋਟੀ ਦਾ ਮਸਲਾ ਹੈ ਵੀ ਰੋਟੀ ਸਾਡੀ ਨਾਲ ਖਰਾਬ ਹੋ ਜਾਏ। ਹਾਂਜੀ ਸਰਦਾਰ ਚਰਨਜੀਤ ਸਿੰਘ ਜੀ, ਤੁਸੀਂ ਲਾਈਨ 'ਤੇ ਜੇ? ਬਿਲਕੁਲ ਲਾਈਨ 'ਤੇ ਜੀ, ਮੈਂ ਤਾਂ ਇਹਨਾਂ ਦੀਆਂ ਸਾਰੀਆਂ ਸੁਣਦਾ ਪਿਆ ਜੀ ਤੁਹਾਡੀਆਂ ਗੱਲਾਂ, ਇਹਨਾਂ ਦੀ ਗੱਲਬਾਤ ਤੁਸੀਂ ਪਹਿਲਾਂ ਬੇਨਤੀ ਕੀਤੀ ਸੀ ਵੀ ਇਹ ਭਲਵਾਨ ਜਿਹੜੇ ਨੇ ਕਿਸੇ ਨੇ ਨਹੀਂ ਮੈਦਾਨ 'ਚ ਆਉਣਾ ਅਤੇ ਇਹ ਬੜਕਾ ਮਾਰਨ ਜੋਗੇ ਨੇ, ਸੱਚਾਈ ਦਾ ਸਾਹਮਣਾ ਬਾਦਲ ਕਿਆਂ ਦੀ ਜ਼ਰੂਰਤ ਨਹੀਂ ਹੈ। ਮੈਂ ਇੱਕ ਦਿਨ ਆਜ ਤੱਕ ਤੇ ਟੱਕਰਿਆ ਸੀਗਾ ਬਾਦਲ ਕਿਆਂ ਨੂੰ ਅਤੇ ਉਹਨਾਂ ਨੇ ਇਹ ਕਹਿ ਕੇ ਜਾਂਚ ਚੜਾਈ ਸੀ ਵੀ ਇਹਨਾਂ ਦੀ ਔਕਾਤ ਨਹੀਂ ਮੇਲ ਖਾਂਦੀ, ਅਸੀਂ ਇਹਨਾਂ ਨੂੰ ਜਵਾਬ ਨਹੀਂ ਦੇ ਸਕਦੇ।
ਅੱਜ ਵੇਖ ਲਓ ਤੁਹਾਡੇ ਸਾਹਮਣੇ ਆ। ਪਹਿਲਾਂ ਇੱਕ ਕਹਿੰਦਾ ਜੀ ਇਹ ਜੀਕੇ ਦਾ ਨੰਬਰ ਹੀ ਨਹੀਂ ਹੈਗਾ, ਮਨਜੀਤ ਸਿੰਘ ਜੀਕੇ ਦਾ, ਤੇ ਨਾ ਨਾ ਮੈਂ ਸਮਝ ਗਿਆ ਟੁੰਡਾ ਬੋਲਦਾ, ਮੈਨੂੰ ਪਤਾ ਸੀ। ਦੂਜੀ ਜਿਹੜੀ ਆ ਕਾਲ ਕੀਤੀ ਆ ਪਰਮਜੀਤ ਸਿੰਘ ਰਾਣਾ, ਜਿਹੜਾ ਧਰਮ ਪ੍ਰਚਾਰ ਕਮੇਟੀ ਦਾ ਉੱਥੇ ਮੇਨ ਬੰਦਾ ਆ, ਜਿਹੜਾ ਸਾਰੇ ਪ੍ਰਚਾਰਕਾਂ ਨੂੰ ਉੱਥੇ ਸੱਦਦਾ ਆ ਤੇ ਦੇਵੀ ਮਾਤਾ ਦੀਆਂ ਤੇ ਦੂਜੇ ਤੀਜੇ ਜਿਹੜੇ ਪ੍ਰਚਾਰ ਦੇ ਵਿੱਚ ਆਰਤੀਆਂ ਉਰਤੀਆਂ ਕਰਾਉਂਦਾ ਪਿਆ ਆ, ਇਹ ਉਹ ਬੰਦਾ ਆ ਜਿਹੜਾ ਕਹਿੰਦਾ ਸੀ ਕੌਮ ਦੇ ਵਾਸਤੇ ਬੜੀਆਂ ਘਾਲਣਾ ਘਾਲੀਆਂ ਕੁਰਬਾਨੀਆਂ ਕੀਤੀਆਂ, ਤੇ ਇੱਥੇ ਇਹਨੂੰ ਰੋਟੀ ਪਿਆਰੀ ਆ, ਕੌਮ ਦੇ ਜਿਹੜੇ ਸਵਾਲ ਆ, ਕੌਮ ਦੇ ਜਿਹੜੇ ਮੁੱਦੇ ਆ, ਉਹਨਾਂ ਦੇ ਉੱਤੇ ਜਿਹੜੀ ਡਿਸਕਸ਼ਨ ਹੋ ਰਹੀ ਆ, ਉਹਦੇ ਵਾਸਤੇ ਇਹਦੇ ਕੋਲ ਟਾਈਮ ਨਹੀਂ। ਟਾਈਮ ਵਾਲੀ ਗੱਲ ਕੋਈ ਨਹੀਂ, ਇਹਨਾਂ ਕੋਲ ਜਵਾਬ ਹੀ ਕੋਈ ਨਹੀਂ ਚੰਨੀ ਸਾਹਿਬ। ਤੇ ਹੁਣ